ਮਾਨ ਸਾਹਿਬ ਦਾ ਫੋਨ ਵੀ ਆ ਗਿਆ। ਕਿਆ ਬਾਤ ਹੈ। ਹੈਲੋ, ਸਤਿ ਸ਼੍ਰੀ ਅਕਾਲ ਜੀ ਮਾਨ ਸਾਹਿਬ। ਕਹਿੰਦੇ ਮਾਨ ਸਾਹਿਬ ਨੂੰ ਫੋਨ ਕਰਕੇ ਦੱਸਿਓ ਕਿ ਤੁਹਾਨੂੰ ਕਿਹੋ ਜਿਹਾ ਰਿਸਪੋਂਸ ਮਿਲਿਆ ਜੈਤੋ ਵਾਲਿਆਂ ਤੋਂ, ਸਾਰਿਆਂ ਤੋਂ। ਪਰ ਮੈਂ ਗੱਲ ਦੱਸਣੀ ਚਾਹੁੰਦਾ ਮੋਲਕ ਸਾਹਿਬ ਕਿ ਲੈ ਮਾਨ ਸਾਹਿਬ ਦਾ ਫੋਨ ਵੀ ਆ ਗਿਆ। ਕਿਆ ਬਾਤ ਹੈ। ਹੈਲੋ, ਸਤਿ ਸ਼੍ਰੀ ਅਕਾਲ ਜੀ ਮਾਨ ਸਾਹਿਬ। ਠੀਕ ਹੈ ਜੀ, ਮੈਂ ਤੁਹਾਡਾ ਨਾਂ ਹੀ ਲਿਆ ਅਤੇ ਉਹਦੀ ਤੁਹਾਡਾ ਫੋਨ ਵੱਜ ਗਿਆ। ਜੀ ਜੀ, ਮੈਂ ਜੈਤੋ ਹਾਂ ਜੀ, ਜੈਤੋ ਹੁਣ। ਹਾਂਜੀ, ਦੱਸ ਦਿਓ ਫਿਰ ਬਾਈ ਮਾਨ ਸਾਹਿਬ ਨੂੰ ਵੀ ਜੈਤੋ ਕਿਹਦਾ ਹੈ। ਹਾਂਜੀ ਹਾਂਜੀ, ਆਪਣਾ ਭਰਾ ਹੈ ਤੇ ਬਹੁਤ ਗਰੀਬ ਘਰ ਚ ਉੱਠਿਆ ਹੋਇਆ ਮੁੰਡਾ, ਮਿਹਨਤਾਂ ਨਾਲ ਪਰਮਾਤਮਾ ਨੇ ਪਰਮਾਤਮਾ ਪਾਉਂਦਾ ਫਲ। ਮੈਨੂੰ ਮੈਂ ਕਿਹਾ ਵੀ ਇਕੱਲੀਆਂ ਫਿਲਮਾਂ ਨਹੀਂ ਕਰਦੀਆਂ ਜ਼ਿੰਦਗੀ 'ਚ, ਜਿਹੜੀ ਲੋਕਾਂ ਦੀ ਜ਼ਿੰਦਗੀ ਬਦਲਣੀ ਵੀ ਹੈ, ਅਤੇ ਇਹਨੇ ਮੇਰੀ ਗੱਲ ਮੰਨੀ ਹੈ ਅਤੇ ਸਾਰਿਆਂ ਨੂੰ ਬਹੁਤ ਬਹੁਤ ਪਿਆਰ। ਮੈਂ ਜਲੰਧਰ ਹਾਂ ਇਸ ਵਕਤ ਜੀ, ਅਤੇ ਸਾਰਾ ਬਹੁਤ ਜ਼ਿਆਦਾ ਪਿਆਰ। ਅੱਜ ਮੈਂ ਉਸ ਮੁੰਡੇ ਦੇ ਘਰ ਜਾ ਕੇ ਆਇਆ ਜਿਹੜਾ ਮੁੰਡਾ ਕੱਲ੍ਹ ਜਿਹੜਾ ਪੁਲਿਸ ਵਾਲਾ ਮੁੰਡਾ ਮਾਰਿਆ ਗਿਆ ਸੀਗਾ, ਅੰਮ੍ਰਿਤਪਾਲ ਜੀ, ਹੁਸ਼ਿਆਰਪੁਰ ਕੋਲੇ ਉਹਦਾ ਪਿੰਡ ਹੈ ਦਸੂਏ ਕੋਲੇ। ਅਤੇ ਹੁਣ ਮੈਂ ਜਲੰਧਰ ਆ ਗਿਆ ਅਤੇ ਕਰਮਜੀਤ ਦਾ ਫੋਨ ਆਇਆ, ਮੈਂ ਕਿਹਾ ਮੈਂ ਕਰ ਲੈਂਦਾ ਅਤੇ ਜੈਤੋਂ ਵਾਲੇ ਚੱਕ ਦਿਓ ਫਿਰ। ਇੱਕ ਮਿੰਟ ਜੀ, ਕਹਿੰਦੇ ਇਹ ਮਹਿਲਾ ਸ਼ਕਤੀ ਕੌਣ ਹੈ ਦੱਸ ਦਿਓ ਜੀ, ਇਹ ਭੈਣ ਜੀ ਦੱਸ ਦਿਓ ਤੁਸੀਂ। ਤੇ ਬਸ ਹੁਣ ਬਾਕੀ ਮੈਂ ਆਊਂਗਾ ਕਰਮਜੀਤ ਜੀ ਜੀ, ਜਿੰਨੀ ਤਰੀਕ ਨੂੰ ਕਹੇਗਾ ਇਹ ਕਹਿਣਗੇ ਨਾ ਜੀ ਜੀ, ਇੰਨੀ ਤਰੀਕ ਨੂੰ ਜੈਤੋਂ। ਕਿਆ ਬਾਤ, ਥੈਂਕ ਯੂ ਸੋ ਮਚ। ਮੋਲਕ ਨੇ ਵੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਇੱਥੇ, ਜਿੱਥੇ ਮਰਜ਼ੀ ਢਾ ਦਿਓ ਜੀ ਜੀ, ਹੈ ਨਾ, ਜਿੰਨੀ ਤਰੀਕ ਨੂੰ ਕਹਿਣਗੇ ਮੈਂ ਆ ਜਾਊਂ। ਥੈਂਕ ਯੂ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਮਾਨ ਸਾਹਿਬ, ਧੰਨਵਾਦ ਜੀ, ਸਾਰਿਆਂ ਨੂੰ ਬਹੁਤ ਬਹੁਤ ਪਿਆਰ ਜੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਥੈਂਕ ਯੂ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।